ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਇੱਕ ਗੱਲਾਂ ਕਹਿਣੀਆਂ ਨੇ ਸੰਗਤ ਦੇ ਚਰਨਾਂ ਦੇ ਵਿੱਚ ਜਿੰਨੇ ਵੀ ਨੌਜਵਾਨ ਵੀਰ ਆਏ ਨੇ ਉਹ ਗੱਲਾਂ ਮੇਰੀਆਂ ਧਿਆਨ ਨਾਲ ਸੁਣਨੀਆਂ। ਬਹੁਤ ਹੀ ਆਮ ਗੱਲਾਂ ਨੇ, ਕੋਈ ਬਹੁਤ ਉੱਚੀਆਂ ਗੱਲਾਂ ਨਹੀਂ ਮੈਂ ਕਰਨ ਲੱਗਾ ਸਾਰੀ ਸੰਗਤ ਦੇ। ਇਹ ਗੱਲਾਂ ਨੇ ਸਾਡੇ ਆਪਣੇ ਘਰ ਦੀਆਂ, ਸਾਡੇ ਆਪਣੇ ਦੇਸ਼ ਦੀਆਂ,
ਸਾਡੇ ਰਾਜ ਦੀਆਂ ਸਾਡੇ ਪੰਥ ਦੀਆਂ। ਅੱਜ ਅਸੀਂ ਹਮੇਸ਼ਾ ਹੀ ਸੁਣਦੇ ਹਾਂ ਜਿੱਥੇ ਵੀ ਜਾਂਦੇ ਹਾਂ ਸਾਰੀਆਂ ਤੇਜਾਂ 'ਤੇ ਗੱਲ ਗਦਾਰਾਂ ਦੀ ਗੱਲ ਅਕਿਰਤਕਣਾਂ ਦੀ ਗੱਲ ਸ਼ਹੀਦੀਆਂ ਦੀ ਅਤੇ ਕਿਤੇ ਗੱਲ ਕੁਰਬਾਨੀਆਂ ਦੀ। ਵੀਰੋ ਇੱਕ ਗੱਲ ਇੱਥੇ ਮੈਂ ਤੁਹਾਡੇ ਜ਼ਿਹਨ ਦੇ ਵਿੱਚ ਪਾ ਦੇਣਾ ਚਾਹੁੰਦਾ ਕਿ ਜਦੋਂ ਦੀ ਖਾਲਸਾ ਪੰਥ ਦੀ ਸਥਾਪਨਾ ਹੋਈ ਆ, ਜਦੋਂ ਦੀ ਖਾਲਸਾ ਪੰਥ ਦੀ ਸਥਾਪਨਾ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਕੁਰਬਾਨੀਆਂ ਦੇ ਨਾਲ ਨਾਲ ਗਦਾਰੀਆਂ ਦਾ ਦੌਰ ਵੀ ਚੱਲਦਾ ਰਿਹਾ ਹੈ। ਕੁਰਬਾਨੀਆਂ ਦੇ ਨਾਲ ਨਾਲ ਗਦਾਰੀਆਂ ਦਾ ਦੌਰ ਚੱਲਦਾ ਰਿਹਾ, ਪਰ ਕੁਰਬਾਨੀ ਦੀ ਜਿਹੜੀ ਸਥਾਪਨਾ ਹੈ ਉਹਨੂੰ ਗਦਾਰੀਆਂ ਸੀ ਕਦੇ ਨਾ ਵੀ ਸਾਨੂੰ ਮੱਠੀ ਕਰ ਸਕਦੀਆਂ ਨੇ ਨਾ ਕਰ ਸਕਣਗੀਆਂ। ਇਹ ਗਦਾਰੀਆਂ ਪਹਿਲਾਂ ਵੀ ਹੋਈਆਂ ਨੇ, ਇਹ ਗਦਾਰੀਆਂ ਅੱਗੇ ਵੀ ਹੋਣਗੀਆਂ, ਇਹ ਗਦਾਰੀਆਂ ਅੱਗੇ ਵੀ ਹੋਣਗੀਆਂ। ਤੁਸੀਂ ਗਦਾਰ ਜਿਹੜੀ ਗਦਾਰਾਂ ਦੀ ਕਤਾਰ ਉਹਦੇ ਵਿੱਚ ਸ਼ਾਮਿਲ ਨਹੀਂ ਹੋਣਾ, ਤੁਸੀਂ ਸ਼ਹੀਦਾਂ ਦੀ ਕਤਾਰ ਦੇ ਵਿੱਚ ਜਾਣਾ ਚਾਹੁੰਦੇ ਹੋ, ਤੁਸੀਂ ਮੇਰੇ ਸਾਹਮਣੇ ਮੁੱਕਾ ਗਿਆ ਆਸ਼ੀਆਨਾ ਮੇਰਾ।